press the bell icon on the YouTube app and never miss another update. ਸਤਿਗੁਰ ਦੋਸਤੋ, ਮੇਰਾ ਨਾਮ ਹੈ ਹਰਸ਼ਦੀਪ ਸਿੰਘ। ਤੁਸੀਂ ਦੇਖ ਰਹੇ ਹੋ ਬੀਂਗ ਸਰਦਾਰ ਯੂਟਿਊਬ ਚੈਨਲ, ਤੇ ਅੱਜ ਇਸ ਵੀਡੀਓ ਵਿੱਚ ਆਪਾਂ ਦੇਣ ਵਾਲੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜੋ ਕਿ ਤੁਸੀਂ ਮੈਨੂੰ ਪੁੱਛੇ ਸੀ ਮੇਰੇ ਇੰਸਟਾਗ੍ਰਾਮ 'ਤੇ। ਜੀ ਹਾਂ ਦੋਸਤੋ, ਇਹ ਜੋ Q&A ਸੈਕਸ਼ਨ ਆ, ਇਸ ਵਿੱਚ ਮੈਂ ਕੋਈ ਵੀ ਤੁਹਾਡਾ ਕਮੈਂਟ ਨੂੰ ਨਹੀਂ ਲੈ ਰਿਹਾ, ਜਸਟ ਬਿਕੋਜ਼ ਯਾਰ ਕੋਈ ਵੀ Q&A ਵੀਡੀਓ ਪਾਉਣ ਤੋਂ ਬਾਅਦ 2-2 ਹਜ਼ਾਰ ਕਮੈਂਟ ਆ ਹੀ ਜਾਂਦੇ ਆ, 3 ਹਜ਼ਾਰ ਕਮੈਂਟ ਆਰਾਮ ਨਾਲ ਆ ਜਾਂਦੇ ਸਾਰੀ ਵੀਡੀਓ ਨੂੰ ਮਿਲਾ ਕੇ। ਤਾਂ ਉਸ ਵਿੱਚੋਂ ਕੁਛ ਕਮੈਂਟ ਜਿਹੜੇ ਚੁਣਨੇ ਬਹੁਤ ਔਖੇ ਹੁੰਦੇ ਆ, ਤਾਂ ਇਸ ਲਈ ਆਪਾਂ ਜੋ ਹੈ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਵਿੱਚ ਮੈਂ ਤੁਹਾਡੇ ਇੰਸਟਾਗ੍ਰਾਮ ਦੇ ਕੁਸ਼ਚਨ ਦਾ ਰਿਪਲਾਈ ਦਊਂਗਾ। ਤੁਸੀਂ ਮੈਨੂੰ ਨੈਕਸਟ Q&A ਕੁਸ਼ਚਨ ਪੁੱਛਣਾ ਚਾਹੁੰਦੇ ਹੋ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜਾ ਕੇ ਫੋਲੋ ਕਰ ਸਕਦੇ ਹੋ, ਇਹ ਹੈਂਡਲ ਆ ਹਰਸ਼ ਜਗਰਾਓ YT। ਤੁਸੀਂ ਮੈਨੂੰ ਜਾ ਕੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ, ਮੈਂ ਆਪਣੀ ਨੈਕਸਟ ਵੀਡੀਓ ਵਿੱਚ ਜਾਂ ਫਿਰ ਉੱਥੇ ਮੈਂ ਹੁਣ ਰਿਪਲਾਈ ਜ਼ਰੂਰ ਦਊਂਗਾ। ਚਲੋ ਆਪਾਂ ਬਿਨਾਂ ਟਾਈਮ ਪਾਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਜੇਕਰ ਤੁਸੀਂ ਵੀ ਲੈਪਟੋਪ ਜਾਂ ਫਿਰ ਵਿੰਡੋ ਯੂਜ਼ਰ ਹੋ, ਤੁਸੀਂ ਮਤਲਬ ਕੰਪਿਊਟਰ ਯੂਜ਼ ਕਰਦੇ ਹੋ, ਤਾਂ ਇਸ ਵੀਡੀਓ ਨੂੰ ਪੂਰਾ ਦੇਖੋ। ਐਂਡ 'ਤੇ ਮੈਂ ਤੁਹਾਨੂੰ ਕੁਛ ਇਹੋ ਜਿਹਾ ਸ਼ੇਅਰ ਕਰਨਾ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹੜੇ ਵੀ ਆਪਣੇ ਵੀ ਕੰਪਿਊਟਰ ਵਗੈਰਾ ਚਲਾਉਂਦੇ ਹੋ, ਤਾਂ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ। ਚਲੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਮੈਸੇਜ ਕਿ ਵੀਰੇ ਕਦੀ ਫੇਲ ਹੋਇਆ ਸਕੂਲ 'ਚ? ਤਾਂ ਵੀਰੇ ਮੈਂ ਕਦੀ ਵੀ ਫੇਲ ਨਹੀਂ ਹੋਇਆ ਰੱਬ ਦੀ ਕਿਰਪਾ ਨਾਲ। ਵੈਸੇ ਕਦੇ ਸਬਜੈਕਟ ਵਿੱਚੋਂ ਕਦੇ ਨਾ ਕਦੇ ਵੈਸੇ ਫੇਲ ਹੋ ਗਿਆ, ਬਟ ਕੋਈ ਕਲਾਸ ਡਰੋਪ ਜਿਵੇਂ ਹੋ ਜਾਂਦੀ ਆ ਐਵੇਂ ਫੇਲ ਹੋਇਆ, ਤਾਂ ਐਵੇਂ ਕਦੇ ਵੀ ਨਹੀਂ ਹੋਇਆ ਅੱਜ ਤੱਕ, ਮਿਹਰ ਰਹੀ ਆ ਰੱਬ ਦੀ। ਤਾਂ ਨਹੀਂ ਵੀਰੇ, ਫੇਲ ਤਾਂ ਕਦੇ ਨਹੀਂ ਹੋਇਆ। ਉਸ ਤੋਂ ਬਾਅਦ ਮੈਸੇਜ ਕਿ ਵੀਰੇ 100K ਕਦੋਂ ਹੋਣਗੇ, 100K ਸਬਸਕ੍ਰਾਈਬਰ? ਬਾਈ 100K ਸਬਸਕ੍ਰਾਈਬਰ ਤਾਂ ਪਤਾ ਨਹੀਂ, ਫਿਲਹਾਲ 50K ਹੋ ਗਿਆ ਤੁਹਾਡਾ। ਬਹੁਤ ਬਹੁਤ ਥੈਂਕ ਯੂ ਆਪਣੀ ਜੋ ਫੈਮਿਲੀ ਆ ਯੂਟਿਊਬ ਦੀ, 50,000 ਲੋਕਾਂ ਦੀ ਬਣ ਚੁੱਕੇ, ਤਾਂ ਲਵ ਯੂ ਆਲ, ਤਾਂ ਰਿਸਪੈਕਟ, ਤਾਂ ਥੈਂਕ ਯੂ ਸੋ ਮਚ ਵੀਰੇ ਸਾਰਿਆਂ ਦਾ, ਜਿਨ੍ਹਾਂ ਨੇ ਵੀ ਇੰਨਾ ਸਪੋਰਟ ਕੀਤਾ ਕਿ 50,000 ਹੋ ਗਏ। ਬਹੁਤ ਜਲਦੀ 1,00,000 ਵੀ ਹੋਣਗੇ, ਫਿਰ ਆਪਣੇ ਹੱਥ 'ਚ ਸਿਲਵਰ ਪਲੇ ਬਟਨ ਵੀ ਆ ਜਾਊਗਾ। ਉਸ ਤੋਂ ਬਾਅਦ ਮੈਸੇਜ ਕਿ ਵੀਰੇ ਸੈਟਅਪ ਦੱਸੋ ਵੀਡੀਓ ਵਾਲਾ। ਵੀਰੇ ਸੈਟਅਪ ਐਂ ਹੁੰਦਾ ਕਿ ਜਿਹੜੇ ਸਾਨੂੰ ਸੀਨ ਲੱਗਦਾ ਕਿ ਕੈਮਰੇ ਨਾਲ ਲੈਣੇ ਚਾਹੀਦੇ ਆ, ਜਾਂ ਉਹ ਜੀ ਕੈਮਰੇ ਨਾਲ ਲੈਣੇ ਆ, ਠੀਕ ਆ। ਅਤੇ ਉਸ ਤੋਂ ਬਾਅਦ ਸਾਡੇ ਕੋਲ 2 ਟ੍ਰਾਈਪੋਡ ਆ, ਇੱਕ ਛੋਟਾ ਇੱਕ ਵੱਡਾ। ਉਸ ਤੋਂ ਬਾਅਦ ਸਾਡੇ ਕੋਲ ਫੋਨ ਵਗੈਰਾ ਵੀ ਹੈਗਾ ਵਾਈਸਾਪ ਵਗੈਰਾ ਰਿਕਾਰਡ ਕਰਨ ਲਈ, ਐਡੀਟਿੰਗ ਲਈ ਮੇਰਾ ਲੈਪਟੋਪ ਆ, ਤਾਂ ਲਾਈਟਿੰਗ ਵੀ ਸਾਡੇ ਕੋਲ ਹੈਗੀ ਆ, ਤਾਂ ਇਹ ਸਾਰਾ ਕੁਛ ਸੈਟਅਪ ਆ, ਇਸ ਨਾਲ ਸਾਡੀ ਵੀਡੀਓ ਬਣ ਜਾਂਦੀ ਆ। ਜੇ ਆਊਟਡੋਰ ਹੋਵੇ ਤਾਂ ਲਾਈਟਿੰਗ ਦੀ ਲੋੜ ਨਹੀਂ ਪੈਂਦੀ ਵੈਸੇ। ਉਸ ਤੋਂ ਬਾਅਦ ਵੈਸੇ ਕਿ ਤੁਹਾਨੂੰ ਵੀਡੀਓ ਦਾ ਆਈਡੀਆ ਕਿਵੇਂ ਮਿਲਦਾ? ਜਿਹੜਾ ਸਾਨੂੰ ਵੀਡੀਓ ਦਾ ਆਈਡੀਆ ਹੁੰਦਾ, ਬੇਸਿਕਲੀ ਮੈਨੂੰ ਤੁਰੇ ਫਿਰੇ ਨਹੀਂ ਮਿਲ ਜਾਂਦਾ, ਜਿਵੇਂ ਮੈਂ ਰਾਤ ਨੂੰ ਸੁੱਤਾ ਪਿਆਵਾਂ ਜਾਂ ਫਿਰ ਕੁਛ ਕੰਮ ਕਰਦਾ ਪਿਆ, ਕਿਸੇ ਨੂੰ ਆਸੇ ਪਾਸੇ ਲੋਕਾਂ ਨੂੰ ਦੇਖਦਾ, ਚੀਜ਼ਾਂ ਹੋਈਆਂ ਨਿਕਲ ਆਉਂਦੀਆਂ, ਤਾਂ ਉਹਦੇ ਵਿੱਚੋਂ ਇੱਕ ਚੀਜ਼ ਕ੍ਰੀਏਟ ਹੋ ਜਾਂਦੀ ਆ ਜੋ ਕਿ ਮੈਂ ਦਿਮਾਗ ਵਿੱਚ ਘੁੰਮਦੀ ਰਹਿੰਦੀ ਆ, ਤਾਂ ਉਹਦਾ ਮੈਂ ਵੱਡਾ ਸੀਨ ਜਿਹਾ ਕ੍ਰੀਏਟ ਕਰਕੇ ਆਪਾਂ ਉਹਨੂੰ ਦਿਖਾ ਦਿੰਦੇ ਹਾਂ। ਤੁਸੀਂ ਬਹੁਤ ਪਿਆਰ ਕਰਦੇ ਹੋ, ਥੈਂਕ ਯੂ ਸੋ ਮਚ। ਉਸ ਤੋਂ ਬਾਅਦ ਮੈਂ ਵੈਸੇ ਕਿ ਹੁਣ ਡੋਗ ਦਾ ਸ਼ੌਂਕ ਹੈਗਾ। ਹਾਂ ਵੀਰੇ, ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਮੈਨੂੰ ਡੋਗ ਦਾ, ਪਰ ਹੁਣ ਨਹੀਂ ਹੈਗਾ। ਮੇਰੇ ਕੋਲ ਬਹੁਤ ਵਧੀਆ ਇੱਕ ਪੱਪੀ ਸੀਗਾ, ਜਿਹਦਾ ਨਾਮ ਸੀਗਾ ਸਟੈਫੀ, ਬਹੁਤ ਛੋਟੀ ਜਿਹੀ ਸੀ ਉਹ, ਅਤੇ ਉਹਦੇ ਨਾਲ ਮੇਰਾ ਇੰਨਾ ਪਿਆਰ ਪੈ ਗਿਆ ਸੀ, ਇਕੱਠੇ ਹੀ ਸੌਂਦੇ ਸੀ, ਸਾਰਾ ਕੁਛ ਇਕੱਠੇ ਹੀ ਕਰਦੇ ਸੀ, ਬਟ ਉਹ ਵਿਚਾਰੀ ਨੂੰ ਨਾ ਕੋਈ ਚੱਕ ਕੇ ਲੈ ਗਿਆ। ਕਿਸੇ ਦਿਨ ਬਾਹਰ ਨਾ ਵੈਸੇ ਹੀ ਖੁੱਲ੍ਹੀ ਹੋਈ ਸੀ, ਫਿਲਹਾਲ ਅਸੀਂ ਉਹਨੂੰ ਬਾਹਰ ਨਹੀਂ ਰੱਖਦੇ ਸੀਗੇ, ਉਸ ਦਿਨ ਵੈਸੇ ਹੀ ਉਹ ਖੁੱਲ੍ਹੀ ਹੋਈ ਸੀ, ਤਾਂ ਉਹਨੂੰ ਕੋਈ ਚੱਕ ਕੇ ਲੈ ਗਿਆ। ਹੁਣ ਵੀ ਜਦੋਂ ਉਹਨੂੰ ਯਾਦ ਕਰਦਾ ਵਾ ਤਾਂ ਕਈ ਵਾਰੀ ਔਖਾ ਹੋ ਜਾਂਦਾ ਵਾ। ਤਾਂ ਪਾਕਿਸਤਾਨੀ ਬੁੱਲੀ ਬੇੜਦੀ ਸੀਗੀ, ਤਾਂ ਮੈਨੂੰ ਬਹੁਤ ਵਧੀਆ ਲੱਗਦੀ ਸੀ, ਬਟ ਹੁਣ ਹੈ ਨਹੀਂ। ਤਾਂ ਹਾਂ ਵੀਰੇ, ਮੈਨੂੰ ਡੋਗ ਦਾ ਸ਼ੌਂਕ ਹੈਗਾ। ਉਸ ਤੋਂ ਬਾਅਦ ਮੈਸੇਜ ਕਿ ਵੀਰੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ, ਥੈਂਕ ਯੂ ਸੋ ਮਚ ਵੀਰੇ। ਉਸ ਤੋਂ ਬਾਅਦ ਇਹ ਬੋਲਣ ਕਿ ਵੀਰੇ ਤੁਸੀਂ ਇਹ ਦੱਸੋ ਕਿ ਤੁਹਾਡੇ ਯੂਟਿਊਬ ਚੈਨਲ ਬਣਾਉਣ ਦੀ ਇੱਛਾ ਕਿਵੇਂ ਆਈ? ਜੇ ਮੰਨ ਲਓ ਯਾਰ ਮੈਂ ਟਰਬਨ ਬਣਦਾ ਵਾਂ, ਠੀਕ ਆ, ਤਾਂ ਮੈਨੂੰ ਇੱਦਾਂ ਸੀਗਾ ਕਿ ਮੈਂ ਇੱਦਾਂ ਵੀਡੀਓ ਪਾਵਾਂ। ਉਸ ਤੋਂ ਬਾਅਦ ਟਰਬਨ ਦੀਆਂ ਵੀਡੀਓ ਪਾਉਂਦਾ ਗਿਆ, ਉਸ ਤੋਂ ਬਾਅਦ ਹੋਰ ਅੱਗੇ ਦੀ ਅੱਗੇ, ਫਿਰ ਸਾਰੇ ਵੀਰਾਂ ਪਿਆਰ ਦੇਣ ਲੱਗ ਗਏ ਵਾਇਸ ਨੂੰ, ਤਾਂ ਵਾਇਸ ਵੀ ਜਿਵੇਂ ਪਾਈਆਂ ਪਿਆਰ ਦੇਣ ਲੱਗ ਗਏ, ਤਾਂ ਫਿਰ ਇਸ ਤਰੀਕੇ ਨਾਲ ਵਾਇਸ ਸ਼ੁਰੂ ਹੋ ਗਈਆਂ। ਜ਼ਿਆਦਾ ਤਾਂ ਮੈਨੂੰ ਐਂ ਸੀਗਾ ਕਿ ਮੈਨੂੰ ਟਰਬਨ ਦੇ ਰਿਲੇਟਡ ਮੈਂ ਚੈਨਲ ਸ਼ੁਰੂ ਕਰਾਂ, ਮੈਨੂੰ ਲਿਟਰਲੀ ਇਹ ਵੀ ਨਹੀਂ ਪਤਾ ਯੂਟਿਊਬ ਤੋਂ ਪੈਸੇ ਵੀ ਮਿਲਦੇ ਆ। ਉਸ ਤੋਂ ਬਾਅਦ ਮੈਸੇਜ ਕਿ ਵੀਰੇ ਵੱਡਾ ਫੈਨ ਤੇਰਾ, ਤੇਰੀ ਪੱਗ ਦਾ, ਤੇਰੀ ਵੀਡੀਓ ਦੱਸ ਦੋ ਵੀਰੇ, ਥੈਂਕ ਯੂ ਸੋ ਮਚ। ਇਹ ਵੀਰਾ ਬੋਲਣ ਕਿ ਵੀਰੇ ਬੋਲੀਵੁੱਡ ਕਦੋਂ ਆਉਣਾ ਜਾਂ ਫਿਰ ਯੂਟਿਊਬ 'ਤੇ ਹੀ ਰਹਿਣਾ? ਜੇ ਯਾਰ ਰੱਬ ਦਾ ਸਾਥ ਹੋਇਆ, ਤੁਹਾਡਾ ਸਾਰਿਆਂ ਦਾ ਸਾਥ ਹੋਇਆ, ਤਾਂ ਆਪਾਂ ਬੋਲੀਵੁੱਡ ਵਿੱਚ ਵੀ ਜ਼ਰੂਰ ਜਾਵਾਂਗੇ ਯਾਰ, ਜੇ ਰੱਬ ਦਾ ਸਾਥ ਹੋਇਆ ਤਾਂ। ਪਲੀਜ਼ ਯਾਰ ਇੱਥੇ ਸਪੋਰਟ ਕਰਦੇ ਰਹੋ, ਚਾਹੇ ਯਾਰ ਬੋਲੀਵੁੱਡ ਜਾਈਏ ਚਾਹੇ ਨਾ ਜਾਈਏ, ਪਰ ਆਪਾਂ ਯੂਟਿਊਬ 'ਤੇ ਦਿਨ ਤੱਕ ਪਾ ਕੇ ਰੱਖਣੀ ਹੈ, ਤਾਂ ਲਵ ਯੂ ਆਲ ਸਾਰਿਆਂ ਨਾਲ। ਉਸ ਤੋਂ ਬਾਅਦ ਮੈਸੇਜ ਕਿ ਫੇਵਰੇਟ ਸਿੰਗਰ, ਫੇਵਰੇਟ ਸਿੰਗਰ ਮੇਰਾ ਇੱਦਾਂ ਆ ਕਿ ਜਿਹੜਾ ਵੀ ਮੈਨੂੰ ਗਾਣਾ ਵਧੀਆ ਲੱਗਦਾ, ਜਿਹੜਾ ਵੀ ਨਵਾਂ ਆਇਆ ਮੈਂ ਸੁਣਦਾ, ਸਾਰੇ ਗਾਣੇ ਸੁਣਦਾ, ਅਤੇ ਰਾਤ ਨੂੰ ਜਿਹੜਾ ਮੈਂ ਗਾਣੇ ਸੁਣਦਾ ਜਿਹੜੇ ਮੈਨੂੰ ਵਧੀਆ ਫੀਲ ਕਰਾਉਂਦੇ ਆ, ਉਹ ਹੈ ਸਤਿੰਦਰ ਸਰਤਾਜ ਵੀਰੇ ਦੇ, ਮੈਂ ਸਾਰੇ ਗਾਣੇ ਸੁਣਦਾ, ਅਤੇ ਜੋ ਮੈਨੂੰ ਅੰਦਰ ਦੇ ਅੰਦਰ ਵਧੀਆ ਫੀਲ ਕਰਾਉਂਦਾ ਉਹ ਹੈ ਸਤਿੰਦਰ ਸਰਤਾਜ, ਬਾਕੀ ਸਾਰੇ ਸਿੰਗਰਾਂ ਦੇ ਮੈਂ ਸਾਰੇ ਗਾਣੇ ਸੁਣਦਾ। ਪਤਾ ਨਹੀਂ ਤੁਹਾਨੂੰ ਮੇਰੀ ਸ਼ਕਲ ਤੋਂ ਕਿਹੋ ਜਿਹਾ ਲੱਗਦਾ ਵਾ, ਨਾ ਮੈਂ ਉਹ ਜਿਹਾ ਕੋਈ ਵੀਡੀਓ ਪਾਉਂਦਾ ਵਾ, ਫਿਰ ਵੀ ਮੈਨੂੰ ਇੱਦਾਂ ਦੇ ਬਹੁਤ ਮੈਸੇਜ ਹੁੰਦੇ, ਕਿੰਨੇ ਗਰਲਫ੍ਰੈਂਡਾਂ ਕਿੰਨੀਆਂ ਸੈੱਟ ਕਰ ਲਈਆਂ ਤੂੰ ਵੀਰੇ, ਇੱਦਾਂ ਨਹੀਂ
ਮੈਂ ਬਹੁਤ ਜ਼ਿਆਦਾ ਸੌ ਮੁੰਡਾ ਮੰਗਾ ਦਿੰਦਾ, ਮੈਂ ਇਹੋ ਜਿਹੇ ਗਿਆਨ 'ਚ ਨਹੀਂ ਪੈਂਦਾ, ਮੈਨੂੰ ਇਹੋ ਜਿਹੇ ਕੋਈ ਮੈਸੇਜ ਨਾ ਕਰਿਆ ਕਰੋ। ਹਾਂਜੀ ਮੈਸੇਜ ਆਉਂਦੇ ਆ, ਵੀਡੀਓ ਪਾਉਣ ਤੋਂ ਬਾਅਦ 300-400 ਮੈਸੇਜ ਆ ਜਾਂਦਾ, ਉਹਦੇ ਵਿੱਚ ਗਰਲਸ ਵੀ ਇੰਕਲੂਡ ਹੁੰਦੀਆਂ। ਬਾਕੀ ਇੱਦਾਂ ਨਹੀਂ ਗਾ ਯਾਰ ਕਿੰਨੀਆਂ ਸੈੱਟ ਕਰ ਲਈਆਂ, ਠੀਕ ਆ, ਅਤੇ ਇੱਦਾਂ ਦਾ ਕੁਛ ਵੀ ਨਹੀਂ ਹੈਗਾ। ਬਾਕੀ ਕੁੜੀਆਂ ਦੇ ਪ੍ਰਪੋਜ਼ਲ ਵਗੈਰਾ ਹੁੰਦੇ ਯਾਰ ਜਿਹੜੇ ਆ ਜਾਂਦੇ ਹੁੰਦੇ, ਜਿਹੜੇ ਲਾਈਕ ਵਗੈਰਾ ਕਰਦੀਆਂ ਹੁੰਦੀਆਂ। ਤਾਂ ਤੁਹਾਨੂੰ ਪਤਾ ਯਾਰ ਮੈਂ ਸਖ਼ਤ ਮੁੰਡਾ ਵਾਂ, 100 ਮੁੰਡਾ ਵਾਂ ਕਰਦਿਆਂ ਦਾ, ਤਾਂ ਫਿਰ ਮੈਂ ਉਸ ਚੱਕਰਾਂ 'ਚ ਨਹੀਂ ਪੈਂਦਾ। ਤਾਂ ਹੁਣ ਤਾਂ ਕੁਸ਼ਚਨ ਖਤਮ ਹੋ ਗਿਆ, ਬਟ ਇੱਕ ਬਹੁਤ ਜ਼ਰੂਰੀ ਗੱਲ ਰਹਿ ਗਈ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਸੀ, ਤੁਹਾਨੂੰ ਮੈਂ ਦੱਸੂਗਾ, ਤੁਹਾਨੂੰ ਪਹਿਲਾਂ ਵੀਡੀਓ ਵਿੱਚ ਕਿਹਾ ਸੀਗਾ ਕਿ ਮੈਂ ਸਟਾਰਟਿੰਗ ਵਿੱਚ ਕਿ ਮੈਂ ਜ਼ਰੂਰੀ ਗੱਲ ਦੱਸੂੰਗਾ ਜੇਕਰ ਤੁਸੀਂ ਵਿੰਡੋ ਵਗੈਰਾ ਯੂਜ਼ ਕਰਦੇ ਹੋ। ਬਰੋ ਆਪਾਂ ਕੀ ਕਰਦੇ ਹਾਂ, ਆਪਣਾ ਜੇ ਮੰਨ ਲਓ ਆਪਣੇ ਕੋਲ ਲੈਪਟੋਪ ਆ ਜਾਂ ਫਿਰ ਆਪਣੇ ਕੋਲ ਕੰਪਿਊਟਰ ਆ, ਤਾਂ ਆਪਾਂ ਕੀ ਕਰਦੇ ਹਾਂ ਬੇਸਿਕਲੀ, ਆਪਾਂ ਉਹਦੀ ਵਿੰਡੋ ਕਰਵਾਉਣੀ ਹੁੰਦੀ ਆ, ਤਾਂ ਆਪਾਂ ਵਿੰਡੋ ਪਤਾ ਕਿੱਥੋਂ ਕਰਵਾਉਂਦੇ ਹਾਂ, ਲੋਕਲ ਮਾਰਕੀਟ 'ਚੋਂ, ਕਿਸੇ ਵੀ ਦੁਕਾਨ ਤੋਂ। ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ, ਤੁਹਾਨੂੰ ਆਪਾਂ ਨੂੰ ਬਿਲਕੁਲ ਵੀ ਨਹੀਂ ਪਤਾ ਜਿਹੜੀ ਆਪਾਂ ਵਿੰਡੋ ਕਰਵਾਈ ਆ, ਜਿਹੜੇ ਬੰਦੇ ਨੇ ਤੁਹਾਡੀ ਵਿੰਡੋ ਕੀਤੀ ਆ ਉਹਨੇ ਉਹ ਵੀਡੀਓ ਕਿੱਥੋਂ ਡਾਊਨਲੋਡ ਕੀਤੀ ਆ, ਜਿਹਨੇ ਉਹ ਵਿੰਡੋ ਬਣਾਈ ਆ ਉਹਨੇ ਪਤਾ ਨਹੀਂ ਵੈਸੇ ਕੀ ਕੁਛ ਇਹੋ ਜਿਹਾ ਪਾਇਆ ਵਾ ਜਿਸ ਨਾਲ ਤੁਹਾਡਾ ਕੱਲ੍ਹ ਨੂੰ ਲੈਪਟੋਪ ਹੈਕ ਹੋ ਸਕਦਾ, ਤੁਹਾਡੀਆਂ ਫੋਟੋਆਂ ਲੀਕ ਹੋ ਸਕਦੀਆਂ, ਤੁਹਾਡੀਆਂ ਵੀਡੀਓਜ਼ ਲੀਕ ਹੋ ਸਕਦੀਆਂ। ਅੱਜ ਕੱਲ੍ਹ ਬਹੁਤ ਸਕੈਮ ਹੁੰਦੇ ਪਏ ਆ ਜਿਸ ਵਿੱਚ ਕੀ ਹੁੰਦਾ ਤੁਹਾਡੀਆਂ ਬੈਂਕ ਡਿਟੇਲਾਂ ਤੁਹਾਡੀਆਂ ਸਾਰੀ ਚਲੀ ਜਾਂਦੀਆਂ ਵਾ, ਤੁਹਾਡਾ ਜੋ ਵੀ ਤੁਸੀਂ ਆਪਣੇ ਲੈਪਟੋਪ ਵਿੱਚ ਡੈਬਿਟ ਕਾਰਡ ਵਗੈਰਾ ਇਨਕਲੂਡ ਕੀਤੇ ਹੁੰਦੇ ਆ ਸਾਰੇ ਚੋਰੀ ਹੋ ਜਾਂਦੇ ਆ। ਉਹ ਇਸੇ ਲਈ ਹੀ ਹੁੰਦੇ ਆ ਕਿਉਂਕਿ ਆਪਾਂ ਐਵੇਂ ਵਿੰਡੋ ਕਰਾ ਲੈਂਦੇ ਹਾਂ ਕਿਸੇ ਵੀ ਲੋਕਲ ਮਾਰਕੀਟ 'ਚੋਂ। ਤਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਬਿਲਕੁਲ ਵੀ ਨਾ ਕਰੋ। ਮੈਂ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬੋਕਸ ਵਿੱਚ ਇੱਕ ਲਿੰਕ ਦਿੱਤੀ ਹੈ ਵੈਬਸਾਈਟ ਦੀ, ਉਸ ਵੈਬਸਾਈਟ ਵਿੱਚ ਜਾ ਕੇ ਤੁਸੀਂ ਆਪਣੀ ਵਿੰਡੋ ਖਰੀਦ ਸਕਦੇ ਹੋ, ਆਪਣੀ ਵਿੰਡੋ ਖਰੀਦ ਸਕਦੇ ਹੋ, ਤੁਸੀਂ ਕਦੇ ਵਿਊਜ਼ ਨੂੰ ਯੂਜ਼ ਕਰ ਸਕਦੇ ਹੋ, ਕਦੇ ਵਿਊਜ਼ ਦੀ ਤੁਹਾਨੂੰ ਵਿੰਡੋ ਕੀ ਮਿਲ ਜੂਗੀ। ਵੈਸੇ ਯਾਰ ਵਿੰਡੋਆਂ ਬਹੁਤ ਮਹਿੰਗੀਆਂ ਵਾ, 8-8, 9-9 ਹਜ਼ਾਰ ਦੀਆਂ ਵਿੰਡੋਜ਼ ਆ ਜਿਹੜੀਆਂ ਆਪਾਂ ਯੂਜ਼ ਨਹੀਂ ਕਰਦੇ, ਆਪਾਂ ਡੁਪਲੀਕੇਟ ਯੂਜ਼ ਕਰਦੇ ਹਾਂ, ਬਟ 8-8, 9-9 ਹਜ਼ਾਰ ਦੀਆਂ ਵਿੰਡੋ ਤੁਹਾਨੂੰ 8-8 ਸੌ ਵਿੱਚ ਮਿਲ ਜਾਣਗੀਆਂ ਜੇਕਰ ਤੁਸੀਂ ਆਪਣਾ ਪ੍ਰੋਮੋ ਕੋਡ ਉੱਥੇ ਯੂਜ਼ ਕਰੋਗੇ BS2050, ਤਾਂ ਤੁਹਾਨੂੰ ਹੋਰ ਜ਼ਿਆਦਾ ਡਿਸਕਾਊਂਟ ਮਿਲੂਗਾ। ਇਹ ਮੈਂ ਇਸ ਲਈ ਦੱਸ ਰਿਹਾ, ਤੁਹਾਨੂੰ ਇਸ ਵੈਬਸਾਈਟ ਬਾਰੇ ਦੱਸ ਰਿਹਾ ਜਿਹਦਾ ਨਾਮ ਹੈ ਕਿ Windows 10 Offer। ਤਾਂ ਗਾਇਸ ਇਸ ਸਾਈਟ ਵਿੱਚ ਕੀ ਆ ਬੇਸਿਕਲੀ, ਤੁਹਾਨੂੰ ਫਿਰ ਸਾਰੇ ਹੀ ਮਾਈਕਰੋਸੋਫਟ ਦੇ ਮਤਲਬ ਮਿਲ ਜਾਣਗੇ ਪ੍ਰੋਡਕਟ, ਤੁਸੀਂ ਵਿੰਡੋ ਜਿਹੜੀ ਮਰਜ਼ੀ ਇੱਥੋਂ ਖਰੀਦ ਸਕਦੇ ਹੋ। ਜੇਕਰ ਤੁਸੀਂ ਲਾਈਫ ਟਾਈਮ ਵਾਲੀ ਵਿੰਡੋ ਖਰੀਦਣਾ ਚਾਹੁੰਦੇ ਹੋ ਨਾ, ਫਿਰ ਜੇ ਤੁਸੀਂ ਚਾਹੁੰਦੇ ਹੋ ਜੇ ਮੈਂ ਆਪਣਾ ਲੈਪਟੋਪ ਤੋਂ ਡੈਸਕਟੋਪ 'ਤੇ ਜਾਵਾਂ, ਕੰਪਿਊਟਰ 'ਤੇ ਜਾਵਾਂ ਜਾਂ ਕੰਪਿਊਟਰ ਤੋਂ ਮੈਂ ਲੈਪਟੋਪ ਨੂੰ ਲੈਣਾ ਵਾ, ਤਾਂ ਤੁਸੀਂ ਉਹੀ ਵਿੰਡੋ ਨੂੰ ਉੱਥੇ ਟ੍ਰਾਂਸਫਰ ਕਰ ਸਕਦੇ ਹੋ। ਤੁਸੀਂ ਰੀਟੇਲ ਵਿੰਡੋਜ਼ ਖਰੀਦ ਸਕਦੇ ਹੋ, ਨੋਰਮਲ ਵਿੰਡੋਜ਼ ਖਰੀਦ ਸਕਦੇ ਹੋ, ਅਤੇ ਆਪਣਾ ਕੂਪਨ ਕੋਡ ਯੂਜ਼ ਕਰਨ ਨਾਲ, ਆਪਣੇ ਬੀਂਗ ਸਰਦਾਰ ਦਾ ਕੂਪਨ ਕੋਡ ਯੂਜ਼ ਕਰਨ ਨਾਲ ਤੁਹਾਨੂੰ ਇੱਥੇ ਬਹੁਤ ਵਧੀਆ ਡਿਸਕਾਊਂਟ ਵੀ ਮਿਲ ਜੂਗਾ। ਬਟ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ, ਜਿਹੜੀ ਤੁਸੀਂ ਵਿੰਡੋ ਯੂਜ਼ ਕਰਦੇ ਪਏ ਹੋ ਬਹੁਤ ਖਤਰਨਾਕ ਆ, ਤੁਹਾਨੂੰ ਨੁਕਸਾਨ ਪਹੁੰਚ ਸਕਦਾ ਉਹਦੇ ਨਾਲ। ਅੱਜ ਨਹੀਂ ਤਾਂ ਕੱਲ੍ਹ ਤੁਸੀਂ ਕਦੀ ਵੀ ਉਹਤੇ ਆਪਣੇ ਲੈਪਟੋਪ 'ਤੇ ਕੋਈ ਬਹੁਤ ਚੀਜ਼ਾਂ ਕਰਦੇ ਹਾਂ ਆਪਾਂ ਆਪਣੇ ਲੈਪਟੋਪ ਨਾਲ, ਤਾਂ ਆਪਾਂ ਨੂੰ ਬਿਲਕੁਲ ਵੀ ਨਹੀਂ ਪਤਾ ਆਪਣੇ ਲੈਪਟੋਪ ਨੂੰ ਕੋਈ ਨਿਗਰਾਨੀ ਵੀ ਰੱਖਦਾ ਹੋ ਸਕਦਾ ਆਪਣੇ ਲੈਪਟੋਪ 'ਤੇ। ਤਾਂ ਮੈਂ ਤੁਹਾਨੂੰ ਇਹ ਹੀ ਸੁਜੈਸਟ ਕਰਨਾ ਚਾਹੂੰਗਾ ਕਿ ਆਪਣੀ ਖੁਦ ਦੀ ਵਿੰਡੋ ਯੂਜ਼ ਕਰੋ, ਆਪਣੀ ਖੁਦ ਦੀ ਵਿੰਡੋ ਉੱਥੋਂ ਬਾਏ ਕਰੋ, ਜੇ ਕਿ ਤੁਸੀਂ ਮਤਲਬ ਬਿਲਕੁਲ ਟੈਨਸ਼ਨ ਫਰੀ ਹੋ ਕੇ ਯੂਜ਼ ਕਰ ਸਕਦੇ ਹੋ। ਜਿਹੜੀ ਵੈਬਸਾਈਟ ਆ ਬਹੁਤ ਵਧੀਆ ਵੈਬਸਾਈਟ ਆ, ਬਹੁਤ ਜ਼ਿਆਦਾ ਜੈਨੂਅਨ ਵੈਬਸਾਈਟ ਆ, ਮੈਂ ਖੁਦ ਇਹਨੂੰ ਯੂਜ਼ ਕੀਤਾ, ਮੈਂ ਤਾਂ ਖੁਦ ਚੀਜ਼ਾਂ ਬਾਏ ਕਰਦਾ। ਤਾਂ ਪਲੀਜ਼ ਨੂੰ ਜਾ ਕੇ ਇੱਥੋਂ ਚੀਜ਼ਾਂ ਬਾਏ ਕਰੋ, ਨਾ ਕਿ ਲੋਕਲ ਮਾਰਕੀਟ ਵਿੱਚ ਜਾ ਕੇ ਐਵੇਂ 5-5 ਸੌ ਦੀਆਂ ਤੁਸੀਂ ਵਿੰਡੋ ਕਰਵਾਉਂਦੇ ਹੋ, ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਉਹ ਕੀ ਕੁਛ ਹੋ ਜਾਂਦਾ ਵਿੰਡੋ ਦੇ ਵਿੱਚ। ਮੈਂ ਇਹ ਨਹੀਂ ਕਹਿੰਦਾ ਕਿ ਲੋਕਲ ਮਾਰਕੀਟ ਬਾਏ ਕਰਦੇ ਆ, ਬਟ ਜਿਨ੍ਹਾਂ ਨੇ ਵਿੰਡੋ ਬਣਾਈ ਹੁੰਦੀ ਆ ਉਹ ਵੀ ਕਰ ਸਕਦੇ ਆ। ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਗਾ ਕਿ ਲਿੰਕ ਇਨ ਡਿਸਕ੍ਰਿਪਸ਼ਨ ਬੋਕਸ ਵੈਬਸਾਈਟ ਦਾ ਤੁਸੀਂ ਇੱਕ ਵਾਰੀ ਜਾ ਕੇ ਵਿਜ਼ਿਟ ਕਰੋ, ਵੈਬਸਾਈਟ 'ਤੇ ਸਾਰੀ ਡਿਟੇਲ ਦਿੱਤੀ ਹੋਈ ਆ ਕਿਵੇਂ ਕਿਵੇਂ ਤੁਸੀਂ ਉੱਥੇ ਖਰੀਦ ਸਕਦੇ ਹੋ, ਪੇਮੈਂਟ ਕਿਵੇਂ ਕਰਨੀ ਆ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਪੇਟੀਐਮ, ਪੇਪਾਲ, ਇਹ ਸਾਰਾ ਕੁਛ ਉੱਥੇ ਦੇਖ ਸਕਦੇ ਹੋ। ਤਾਂ ਪਲੀਜ਼ ਇੱਕ ਵਾਰੀ ਜਾ ਕੇ ਲਿੰਕ ਇਨ ਡਿਸਕ੍ਰਿਪਸ਼ਨ ਬੋਕਸ ਚੈੱਕ ਜ਼ਰੂਰ ਕਰਿਓ, ਅਤੇ ਤੁਹਾਨੂੰ ਬਹੁਤ ਫਾਇਦਾ ਹੋਊਗਾ ਯਾਰ, ਕਿਉਂ ਆਪਾਂ ਉਹਦਾ ਨੁਕਸਾਨ ਕਰਾਉਣਾ, ਫੋਟੋ ਵਗੈਰਾ ਲੀਕ ਕਰਾ ਕੇ, ਡੈਬਿਟ ਕਾਰਡ ਦੀ ਡਿਟੇਲ ਲੀਕ ਕਰਾ ਕੇ, ਅਤੇ ਇੱਕ ਵਾਰੀ ਜ਼ਰੂਰ ਜਾ ਕੇ ਚੈੱਕ ਕਰਿਓ, ਇੱਕ ਵਾਰੀ ਮੇਰੀ ਗੱਲ 'ਤੇ ਜ਼ਰੂਰ ਜਾ ਕੇ ਗੌਰ ਕਰਿਓ। ਤਾਂ ਯਾਰ ਵੀਡੀਓ ਦੇਖਣੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਣੀ ਇਹੀ ਸ਼ਾਇਦ ਦੀ ਵੀਡੀਓ ਆਈ ਹੋ, ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਜੇ ਵੀ ਪਸੰਦ ਆਈ ਤਾਂ ਤੁਹਾਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ, ਅਤੇ ਬਹੁਤ ਬਹੁਤ ਥੈਂਕ ਯੂ ਗਾਈਜ਼ ਜਿਨ੍ਹਾਂ ਨੇ ਵੀ 50K ਸਬਸਕ੍ਰਾਈਬਰ ਕਰਤੇ, ਆਪਣੇ 50,000 ਸਬਸਕ੍ਰਾਈਬਰ ਜਿਨ੍ਹਾਂ ਨੇ ਵੀ ਕੀਤਾ, ਬਹੁਤ ਬਹੁਤ ਥੈਂਕ ਯੂ, ਦਿਲੋਂ ਥੈਂਕ ਯੂ ਸਾਰਿਆਂ ਦਾ। ਤਾਂ ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦਾ ਆਪਣੀ ਖੁਸ਼ੀ ਜਿਹੜੀ ਵੀ ਹੁੰਦੀ ਹੈ ਬੰਦੇ ਨੂੰ, ਤਾਂ ਥੈਂਕ ਯੂ ਸੋ ਮਚ ਹੈਗਾ ਤੁਹਾਡਾ ਸਾਰਿਆਂ ਦਾ। ਤਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਪਲੀਜ਼ ਜਾ ਕੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਜੇਕਰ ਤੁਸੀਂ ਹੋਰ ਇੱਦਾਂ ਦੀਆਂ ਮਤਲਬ ਕਿਉਂ ਕਹਿੰਦੇ ਦੇਖਣਾ ਚਾਹੁੰਦੇ ਹੋ, ਤਾਂ ਮੈਨੂੰ ਪਲੀਜ਼ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ HarshGramYT। ਤਾਂ ਪਲੀਜ਼ ਉਸ ਵੈਬਸਾਈਟ ਦਾ ਲਿੰਕ ਮੈਂ ਜਿਹੜੀ ਡਿਸਕ੍ਰਿਪਸ਼ਨ ਬੋਕਸ 'ਚ ਦਿੱਤਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕਸ ਫੋਰ ਵਾਚਿੰਗ ਗਾਈਜ਼।